ਹਰਿਆਣਾ ਵਾਂਗ ਹੁਣ ਰਾਜਸਥਾਨ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨ ਲੱਗਣੀ ਸ਼ੁਰੂ ਹੋ ਚੁੱਕੀ ਹੈ ਇਹ ਖਦਸ਼ੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜ਼ਾਹਰ ਕੀਤੇ ਨੇ ਐਸਜੀਪੀਸੀ ਨੇ ਇਸ ਪਿੱਛੇ ਕਾਂਗਰਸ ਦੀ ਸ਼ੈ ਦੱਸਦਿਆਂ ਸਵਾਲ ਚੁੱਕਰੇ ਸ਼ੁਰੂ ਕਰ ਦਿੱਤੇ ਨੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨਤਾਮੀ ਨੇ ਕਿਹਾ ਕਿ ਸੁਖਜਿੰਦਰ ਰੰਦਾਵਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਲ ਮਿਲ ਕੇ ਰਾਜਸਥਾਨ ਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਜਾ ਰਹੇ ਨੇ ਆਪਣੇ ਚੀਫ ਮਿਨਿਸਟਰ ਸ਼੍ਰੀ ਅਸ਼ੋਕ ਗਲੇਵਟ ਨੂੰ ਇਸ ਡਿਵਟੀ ਸੀਐਮ ਐਕਸ ਡਿਵਟੀ ਸੀਐਮ ਸੁਖਜਿੰਦਰ ਸਿੰਘ ਜਾ ਕੇ ਮਿਲ ਕੇ ਆਉਂਦਾ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਕਮੇਟੀ ਵੱਖਰੀ ਬੜਾਈ ਜਾਵੇ ਇਹ ਮੈਂ ਪੁੱਛਦਾ ਪਈ ਇਹਨਾਂ ਨੇ ਕਾਂਗਰਸ ਨੇ ਇਹ ਠੇਕਾ ਹੀ ਲੈ ਲਿਆ ਪਈ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਰ ਕਾਜ ਦੇ ਵਿੱਚ ਦਖਲਅੰਦਾਜ਼ੀ ਕਰਨੀ ਮੈਂ ਇਹਦੀ ਸਖਤ ਨਿੰਦਾ ਵੀ ਕਰਦਾ ਔਰ ਤਾੜਨਾ ਵੀ ਕਰਦਾ ਪਈ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਧਰਮ ਦੀ ਦਖਲਅੰਦਾਜ਼ੀ ਨਹੀਂ ਕਰਦੇ ਆਹ ਤਾਂ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਪਹਿਲਾਂ ਹਰਿਆਣੇ ਦੇ ਵਿੱਚ ਹੁੱਡਾ ਸਾਹਿਬ ਨੇ ਬਣਾਇਆ ਐਕਟ ਹੁਣ ਤੁਸੀਂ ਰਾਜਸਥਾਨ ਦੇ ਵਿੱਚ ਯਤਨ ਕਰ ਰਹੇ ਤੇ ਫੇਰ ਹੁਣ ਆਪਣੇ ਹਿਮਾਚਲ ਦੇ ਵਿੱਚ ਸਰਕਾਰ ਆ ਗਈ ਤੁਹਾਡੀ ਉੱਥੇ ਵੀ ਯਤਨ ਕਰੋਗੇ ਮੈਂ ਬੀਤੀਆਂ ਦੀਆਂ ਦੁਹਰਾਉਣਾ ਨਹੀਂ ਚਾਹੁੰਦਾ ਇਹ ਕਾਂਗਰਸ ਪਾਰਟੀ ਨੂੰ ਤੁਰੰਤ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨਿੰਦਣੀਆਂ 26 ਜੁਲਾਈ 2014 ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ ਅਤੇ ਜਗਦੀਸ਼ ਸਿੰਘ ਚਿੰਡਾ ਇਸ ਦੇ ਪਹਿਲੇ ਪ੍ਰਧਾਨ ਬਣਦੇ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਏ ਜਾਣ ਖਿਲਾਫ ਸ਼੍ਰੋਮਣੀ ਕਮੇਟੀ ਨੇ ਅਦਾਲਤ ਦਾ ਰੋਕ ਕੀਤਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਚੁਣੌਤੀ ਦਿੱਤੀ ਪਰ ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦੇ ਦਿੱਤੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਸਖਤ ਵਿਰੋਧਤਾ ਕਰਦੀ ਆ ਰਹੀ ਹੈ ਤੇ ਹਰਿਆਣਾ ਦੀ ਪੰਥਕ ਸਿਆਸਤ ਵਿੱਚ ਵੀ ਹਲਚਲ ਇਨ੍ਹਾਂ ਦਿਨਾਂ ਦੌਰਾਨ ਕਾਫੀ ਤੇਜ਼ ਦਿਖਾਈ ਦੇ ਰਹੀ ਹੈ ਤਾਂ ਰਾਜਸਥਾਨ ਵਿੱਚ ਵਕਰੀ ਕਮੇਟੀ ਨੂੰ ਲੈ ਕੇ ਅੰਦਰੋਂ ਅੰਦਰੀ ਧੋਖਰਹੀ ਅੱਗ ਦੀਆਂ ਲਪਟਾਂ ਹੁਣ ਨਜ਼ਰੀ ਆਉਣ ਲੱਗ ਗਈਆਂ ਨੇ ਅਤੇ ਐਸਜੀਪੀਸੀ ਇਸ ਨੂੰ ਲੈ ਕੇ ਸੁਚੇਤ ਹੋਈ ਹੈ ਤੇ ਨਿਸ਼ਾਨੇ ਉੱਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ